देखो जी, ये सिर्फ केंद्र सरकार दियां कहण दियां गल्लां ने। केंद्र सरकार जे पंजाब दे किसानां नूं जां भारत दे किसानां नूं फायदा देना चाहुंदी आ तां विचोलियां दे थ्रू क्यों देना चाहुंदी आ? केंद्र सरकार नूं चाहीदा कि पंजाब दे ते भारत दे किसानां दे लई इक चंगी पॉलिसी लैके आउंदी जिहदा डायरैक्ट सीधा फायदा किसानां दे खातियां च जांदा ते जे तां कि किसान आ जिहड़े विचोलियां तों पहले दुखी आ भारत दा किसान, क्योंकि विच विचाले उह अपना फायदा लै जांदे। हुण मेहनत किसान दी हुंदी आ ते जिहड़े इह विचोलिए हुंदे आ अपना फायदा लै जांदे आ। हुण वड्डे कारपोरेट घराणियां नूं जिहड़ी पंजाब दी ते भारत दी खेती इह वेच देणा चाहुंदी सी केंद्र सरकार। लम्मा समा भारत दे किसानां ने संघर्ष करके 750 तों उपर शहादतां दे के जिहड़ा इह खेती दे काले कानून आ ਉਹ ਵਾਪਸ ਕਰਵਾਏ ਨੇ। ਮੈਨੂੰ ਨਹੀਂ ਸਮਝ ਆਉਂਦੀ, ਪਤਾ ਨਹੀਂ ਕਿਉਂ ਉਹ ਜ਼ਖਮਾਂ ਨੂੰ ਫਿਰ ਖੁਰੇਦਣਾ ਚਾਹੁੰਦੀ ਹੈ, ਕਿਉਂਕਿ ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ, ਜਿਨ੍ਹਾਂ ਭੈਣਾਂ ਦੇ ਭਰਾ ਚਲੇ ਗਏ, ਉਹਨਾਂ ਦੇ ਅੱਜ ਘਰਾਂ ਦੇ ਹਾਲਾਤ ਜਿਹੜੇ ਬੜੇ ਮਾੜੇ ਹੋ ਚੁੱਕੇ ਨੇ। ਅਤੇ ਕੇਂਦਰ ਸਰਕਾਰ ਇੱਕ ਸਿੱਧੀ ਇਸ ਤਰ੍ਹਾਂ ਦੀ ਪੋਲਿਸੀ ਲੈ ਕੇ ਆਵੇ ਜਿਹੜਾ ਖੇਤੀ ਦਾ ਫਾਇਦਾ ਸਿੱਧਾ ਕਿਸਾਨ ਨੂੰ ਅਤੇ ਮਜ਼ਦੂਰ ਨੂੰ ਹੋਵੇ। ਦੇਖੋ ਜੀ, ਇਹ ਸਿਰਫ ਕੇਂਦਰ ਸਰਕਾਰ ਦੀਆਂ ਕਹਿਣ ਦੀਆਂ ਗੱਲਾਂ ਨੇ। ਕੇਂਦਰ ਸਰਕਾਰ ਜੇ ਪੰਜਾਬ ਦੇ ਕਿਸਾਨਾਂ ਨੂੰ ਜਾਂ ਭਾਰਤ ਦੇ ਕਿਸਾਨਾਂ ਨੂੰ ਫਾਇਦਾ ਦੇਣਾ ਚਾਹੁੰਦੀ ਆ ਤਾਂ ਵਿਚੋਲਿਆਂ ਦੇ ਥਰੂ ਕਿਉਂ ਦੇਣਾ ਚਾਹੁੰਦੀ ਆ? ਕੇਂਦਰ ਸਰਕਾਰ ਨੂੰ ਚਾਹੀਦਾ ਕਿ ਪੰਜਾਬ ਦੇ ਅਤੇ ਭਾਰਤ ਦੇ ਕਿਸਾਨਾਂ ਦੇ ਲਈ ਇੱਕ ਚੰਗੀ ਪਾਲਿਸੀ ਲੈ ਕੇ ਆਉਂਦੀ ਜਿਹਦਾ ਡਾਇਰੈਕਟ ਸਿੱਧਾ ਫਾਇਦਾ ਕਿਸਾਨਾਂ ਦੇ ਖਾਤਿਆਂ 'ਚ ਜਾਂਦਾ ਅਤੇ ਜੇ ਤਾਂ ਕਿ ਕਿਸਾਨ ਆ ਜਿਹੜੇ ਵਿਚੋਲਿਆਂ ਤੋਂ ਪਹਿਲਾਂ ਦੁਖੀ ਆ ਭਾਰਤ ਦਾ ਕਿਸਾਨ, ਕਿਉਂਕਿ ਵਿੱਚ ਵਿਚਾਲੇ ਉਹ ਆਪਣਾ ਫਾਇਦਾ ਲੈ ਜਾਂਦੇ। ਹੁਣ ਮਿਹਨਤ ਕਿਸਾਨ ਦੀ ਹੁੰਦੀ ਆ ਅਤੇ ਜਿਹੜੇ ਇਹ ਵਿਚੋਲਿਏ ਹੁੰਦੇ ਆ ਆਪਣਾ ਫਾਇਦਾ ਲੈ ਜਾਂਦੇ ਆ। ਹੁਣ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਜਿਹੜੀ ਪੰਜਾਬ ਦੀ ਅਤੇ ਭਾਰਤ ਦੀ ਖੇਤੀ ਇਹ ਵੇਚ ਦੇਣਾ ਚਾਹੁੰਦੀ ਸੀ ਕੇਂਦਰ ਸਰਕਾਰ। ਲੰਮਾ ਸਮਾਂ ਭਾਰਤ ਦੇ ਕਿਸਾਨਾਂ ਨੇ ਸੰਘਰਸ਼ ਕਰਕੇ 750 ਤੋਂ ਉੱਪਰ ਸ਼ਹਾਦਤਾਂ ਦੇ ਕੇ ਜਿਹੜਾ ਇਹ ਖੇਤੀ ਦੇ ਕਾਲੇ ਕਾਨੂੰਨ ਆ ਉਹ ਵਾਪਸ ਕਰਵਾਏ ਨੇ। ਮੈਨੂੰ ਨਹੀਂ ਸਮਝ ਆਉਂਦੀ, ਪਤਾ ਨਹੀਂ ਕਿਉਂ ਉਹ ਜ਼ਖਮਾਂ ਨੂੰ ਫਿਰ ਖੁਰੇਦਣਾ ਚਾਹੁੰਦੀ ਹੈ, ਕਿਉਂਕਿ ਜਿਨ੍ਹਾਂ ਮਾਵਾਂ ਦੇ ਪੁੱਤ ਚਲੇ ਗਏ, ਜਿਨ੍ਹਾਂ ਭੈਣਾਂ ਦੇ ਭਰਾ ਚਲੇ ਗਏ, ਉਹਨਾਂ ਦੇ ਅੱਜ ਘਰਾਂ ਦੇ ਹਾਲਾਤ ਜਿਹੜੇ ਬੜੇ ਮਾੜੇ ਹੋ ਚੁੱਕੇ ਨੇ। ਅਤੇ ਕੇਂਦਰ ਸਰਕਾਰ ਇੱਕ ਸਿੱਧੀ ਇਸ ਤਰ੍ਹਾਂ ਦੀ ਪਾਲਿਸੀ ਲੈ ਕੇ ਆਵੇ ਜਿਹੜਾ ਖੇਤੀ ਦਾ ਫਾਇਦਾ ਸਿੱਧਾ ਕਿਸਾਨ ਨੂੰ ਅਤੇ ਮਜ਼ਦੂਰ ਨੂੰ ਹੋਵੇ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਅਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਬਨੇਰਾ ਟੀਵੀ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ 'ਤੇ ਕਲਿੱਕ ਕਰੋ।